ਗੁਰੂ ਰੂਪ ਸਤਸੰਗ ਜੀ ਸਤਿਗੁਰੂ ਜੀ ਦੇ ਹੁਕਮਨਾਮੇ ਦੇ ਰੂਪ ਵਿੱਚ ਆਪ ਨੇ ਜੋ ਬਚਨ ਸਰਵ ਕੀਤੇ ਹਨ ਪੰਚਮ ਪਾਤਸ਼ਾਹ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਨਾ 707 ਤੇ ਜੈਸਰੀ ਦੀ ਵਾਰ ਦੇ ਵਿੱਚ ਇੱਕ ਪੌੜੀ ਤੇ ਉਸ ਤੋਂ ਪਹਿਲਾਂ ਦੋ ਸ਼ਲੋਕ ਅੰਕਿਤ ਹੋਏ ਹਨ ਜੋ ਸਤਿਗੁਰੂ ਜੀ ਦਾ ਅੱਜ ਦਾ ਹੁਕਮਨਾਮਾ ਹੈ। ਵਾਰ ਦੀ ਇਹ ਨੌਵੀਂ ਪੌੜੀ ਹੈ। ਪਹਿਲਾਂ ਦੋ ਸ਼ਲੋਕ। ਵਾਰ ਜਿਹੜੀ ਹੈ ਇਹ ਕਵਿਤਾ ਦਾ ਇੱਕ ਰੂਪ ਹੈ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਉਣ ਤੋਂ ਪਹਿਲਾਂ ਵੀ ਪੰਜਾਬ ਵਿੱਚ ਲਿਖਿਆ ਜਾਂਦਾ ਸੀ ਅਤੇ ਕਿਉਂਕਿ ਬਹੁਤ ਪਾਪੂਲਰ ਸੀ ਇਸ ਕਰਕੇ ਸਤਿਗੁਰੂ ਜੀ ਨੇ ਬਾਣੀ ਦੇ ਉਚਾਰਨ ਵਾਸਤੇ ਇਸ ਕਾਵਿ ਰੂਪ ਨੂੰ ਅਪਣਾਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 22 ਵਾਰਾਂ ਦਰਜ ਇਹ ਜੈਸਰੀ ਰਾਗ ਦੀ ਵਾਰ ਹੈ। ਆਮ ਕਰਕੇ ਵਾਰਾਂ ਦੇ ਵਿੱਚ ਜੋ ਸ਼ਲੋਕ ਹੁੰਦੇ ਹਨ ਉਹ ਕਈ ਵਾਰ ਉਸੇ ਸਤਿਗੁਰੂ ਜੀ ਦੇ ਨਹੀਂ ਉਚਾਰਨ ਕੀਤੇ ਹੋਏ ਹੁੰਦੇ ਲੇਕਿਨ ਆਰੰਭ ਵਿੱਚ ਜਿਨ੍ਹਾਂ ਦਾ ਨਾਮ ਹੈ ਉਹਨਾਂ ਦੇ ਨਾਮ 'ਤੇ ਪੌੜੀਆਂ ਹੁੰਦੀਆਂ। ਲੇਕਿਨ ਇਸ ਵਾਰ ਵਿੱਚ ਸਾਰੇ ਹੀ ਸ਼ਲੋਕ ਸਾਰੀਆਂ ਹੀ ਪੌੜੀਆਂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਚਾਰਨ ਕੀਤੀਆਂ ਹੋਈਆਂ ਹਨ। ਇਸ ਕਰਕੇ ਸ਼ਲੋਕ ਦੇ ਨਾਲ ਮੁਹੱਲਾ ਸ਼ਬਦ ਨਹੀਂ ਲਿਖਿਆ। ਇਸ ਸ਼ਲੋਕ ਅਤੇ ਇਸ ਪੌੜੀ ਦੇ ਵਿੱਚ ਵਿਚਾਰ ਇੱਕੋ ਹੀ ਹੈ ਪਰ ਫਰਕ ਕੇਵਲ ਇਤਨਾ ਹੈ ਕਿ ਸ਼ਲੋਕ ਜਿਹੜੇ ਹਨ ਉਹ ਸੰਸਕ੍ਰਿਤੀ ਵਿੱਚ ਹਨ ਜਿਸ ਨੂੰ ਭਾਖਾ ਵੀ ਕਹਿ ਦਿੱਤਾ ਜਾਂਦਾ ਹੈ ਅਤੇ ਪੌੜੀ ਵਿੱਚ ਉਹਨਾਂ ਦੀ ਵਿਆਖਿਆ ਸਰਲ ਪੰਜਾਬੀ ਵਿੱਚ ਕੀਤੀ ਗਈ। ਵਿਸ਼ਾ ਹੈ ਕਿ ਉਸ ਵਾਹਿਗੁਰੂ ਨੂੰ ਭੁਲਾ ਕੇ ਬੰਦੇ ਨੂੰ ਸੁੱਖ ਨਹੀਂ ਮਿਲ ਸਕਦਾ। ਸੋ ਪਹਿਲੇ ਸ਼ਲੋਕ ਵਿੱਚ ਸਤਿਗੁਰੂ ਜੀ ਉਪਦੇਸ਼ ਕਰ ਰਹੇ ਹਨ। ਬਸੰਤ ਸਵਰਗ ਲੋਕਹਿ ਜਿੱਤ ਤੇ ਪ੍ਰਿਥਵੀ ਨਵ ਖੰਡਨੈ। ਮਰਜ ਕਹਿੰਦੇ ਨੇ ਬਸੰਤ ਬਸੰਤ ਮੈਨੇ ਵਸਣਾ ਜੇ ਸਵਰਗ ਲੋਕ ਦਾ ਵਸਨੀਕ ਹੋ ਜਾਏ ਕਿਉਂਕਿ ਸਵਰਗ ਨੂੰ ਸੁੱਖਾਂ ਦਾ ਬਹੁਤ ਵੱਡਾ ਕਾਲਪਨਿਕ ਕੇਂਦਰ ਮੰਨਿਆ ਗਿਆ ਹੈ। ਮਹਾਰਾਜ ਕਹਿੰਦੇ ਨੇ ਕਿ ਜੇ ਸਵਰਗ ਵਰਗੇ ਸੁੱਖ ਲੈਂਦਾ ਹੋਇਆ ਬੰਦਾ ਇਹੋ ਜਿਹੀ ਥਾਂ 'ਤੇ ਵਸ ਜਾਵੇ ਜਿੱਥੇ ਸੁੱਖ ਹੀ ਸੁੱਖ। ਬਸੰਤ ਸਵਰਗ ਲੋਕਹਿ ਜਿੱਤ ਤੇ ਪ੍ਰਿਥਵੀ ਨਵ ਖੰਡਨੈ। ਫਿਰ ਮਨੁੱਖ ਦੇ ਦਿਲ ਵਿੱਚ ਰਾਜ ਦਾ ਸੁਪਨਾ ਹੁੰਦਾ ਹੈ ਕਿ ਮੈਂ ਬੜਾ ਵੱਡਾ ਰਾਜਾ ਬਣ ਜਾ। ਮਹਾਰਾਜ ਜੀ ਕਹਿੰਦੇ ਨੇ ਕਿ ਚਾਹੇ ਸਾਰੀ ਦੁਨੀਆਂ ਦਾ ਰਾਜਾ ਬਣ ਜਾਏ ਜਿੱਤ ਤੇ ਜਿੱਤ ਲਵੇ ਪ੍ਰਿਥਵੀ ਦੇ ਧਰਤੀ ਦੇ ਨੌਵੇਂ ਖੰਡ ਸਾਰੇ ਹੀ ਧਰਤੀ ਦਾ ਰਾਜਾ ਬਣ। ਬਸੰਤ ਸਵਰਗ ਲੋਕੈ ਜਿੱਤ ਤੇ ਪ੍ਰਿਥਵੀ ਨਵ ਖੰਡਨੈ।
ਮਹਾਰਾਜ ਕਹਿੰਦੇ ਨੇ ਕਿ ਇਹ ਸਭ ਕੁਝ ਮਿਲ ਵੀ ਜਾਵੇ ਜੇ ਉਸ ਪ੍ਰਭੂ ਨੂੰ ਵਿਸਾਰ ਦਿੱਤਾ ਤੇ ਸਮਝੋ ਜੀਵ ਜਿਹੜਾ ਹੈ ਉਜਾੜ ਵਿੱਚ ਧੱਕੇ ਖਾ ਰਿਹਾ ਹੈ, ਫਟਕ ਰਿਹਾ। ਬਿਸਰੰਤ ਹਰ ਗੋਪਾਲ ਬਿਸਰੰਤ ਭੁਲਾ ਕੇ ਵਿਸਾਰ ਕੇ ਹਰੀ ਗੋਪਾਲ ਪ੍ਰਭੂ ਨੂੰ ਵਾਹਿਗੁਰੂ ਨੂੰ ਨਾਨਕ ਨਾਨਕ ਜੀ ਦੱਸ ਰਹੇ ਨੇ ਤੇ ਪ੍ਰਾਣੀ ਉਹ ਸਾਰੇ ਪ੍ਰਾਣੀ ਜੀ ਉਦਿਆਨ ਪਰਮਨੇ ਸਮਝੋ ਨਾ ਰਾਜ ਹੈ ਨਾ ਸੁੱਖ ਹਨ, ਉਹ ਉਦਿਆਨ ਵਿੱਚ ਉਜਾੜ ਵਿੱਚ ਜੰਗਲ ਵਿੱਚ ਭਰਮ ਰਿਹਾ ਹੈ, ਭਟਕ ਰਿਹਾ ਹੈ। ਇਸ ਕਰਕੇ ਉਸ ਵਾਹਿਗੁਰੂ ਨੂੰ ਅਸੀਂ ਕਦੀ ਭੁਲਾਉਣਾ। ਦੂਸਰੀ ਚੀਜ਼ ਹੋਰ ਜੋ ਇਸ ਉਜਾੜ ਵਿੱਚ ਜੰਗਲ ਵਿੱਚ ਮੌਜੂਦ ਹੈ ਮਹਾਰਾਜ ਜੀ ਸਾਨੂੰ ਉਹਦੇ ਬਾਰੇ ਸਮਝਾ ਲੈਣ। ਕੌਤਿਕ ਕੋਡ ਤਮਾਸ਼ਿਆਂ ਹਰ ਵੇਲੇ ਮਾਇਆ ਦੇ ਕਿੰਨੇ ਹੀ ਰੰਗ ਹਨ, ਕਈ ਪ੍ਰਕਾਰ ਦੀਆਂ ਖੇਡਾਂ ਹੋ ਰਹੀਆਂ ਹਨ, ਕੌਤਕ ਹੋ ਰਹੇ ਹਨ। ਕੋਡ ਕਈ ਬਹੁਤ ਹੀ ਆਨੰਦ ਦੇ ਸਮਾਗਮ ਕੀਤੇ ਜਾ ਰਹੇ ਹਨ, ਤਮਾਸ਼ੇ ਕੀਤੇ ਜਾ ਰਹੇ ਹਨ, ਐਂਟਰਟੇਨਮੈਂਟ ਦੇ ਪ੍ਰੋਗਰਾਮ ਜਿਹੜੇ ਉਹ ਹੋ ਰਹੇ ਹਨ। ਇਹਨਾਂ ਵਿੱਚ ਜੀਵ ਜਿਹੜਾ ਹੈ ਫਸਿਆ ਹੋਇਆ ਅਤੇ ਇੰਨਾ ਫਸ ਗਿਆ ਹੈ, ਮਹਾਰਾਜ ਜੀ ਕਹਿੰਦੇ ਨੇ ਚਿੱਤ ਨਯਾਵਸ ਨੋ, ਉਸ ਵਾਹਿਗੁਰੂ ਦਾ ਨਾਮ ਇਹਦੇ ਚਿੱਤ ਵਿੱਚ ਨਹੀਂ ਹੋ, ਉਹਨੂੰ ਭੁੱਲ ਗਿਆ, ਭੁੱਲ ਗਿਆ ਹੈ। ਇਸ ਕਰਕੇ ਮਹਾਰਾਜ ਜੀ ਦੱਸ ਰਹੇ ਨੇ ਨਾਨਕ ਕੋਈ ਨਰਕ ਬਰਾਬਰੇ, ਅਨੇਕ ਪ੍ਰਕਾਰ ਦੇ ਨਰਕ ਹਨ, ਕੋਈ ਨਰਕ ਬਹੁਤ ਹੀ ਭਿਅੰਕਰ ਨਰਕ। ਮਹਾਰਾਜ ਜੀ ਕਹਿੰਦੇ ਨੇ ਕਿ ਸਮਝੋ ਇਹਨਾਂ ਚੀਜ਼ਾਂ ਇਹਨਾਂ ਰੰਗਾਂ ਤਮਾਸ਼ਿਆਂ ਵਿੱਚ ਪੈ ਕੇ ਉਹ ਅਤ ਮਾੜੇ ਨਰਕ ਨੂੰ ਭੋਗ ਰਿਹਾ। ਉੱਜੜ ਸੋਈ ਥਾਂ ਅਤੇ ਮਾਇਆ ਦੇ ਰੰਗਾਂ ਵਿੱਚ ਲੱਗ ਕੇ ਇਸ ਤਰ੍ਹਾਂ ਸਮਝੋ ਉਹ ਉਜਾੜ ਵਾਲੀ ਥਾਂ 'ਤੇ ਰਹਿ ਰਿਹਾ ਹੈ, ਉਹ ਵਸਿਆ ਨਹੀਂ ਹੋਇਆ, ਉਹ ਉਜੜਿਆ ਹੋਇਆ ਹੈ। ਇਸੇ ਹੀ ਗੱਲ ਨੂੰ ਪੌੜੀ ਵਿੱਚ ਸਤਿਗੁਰੂ ਜੀ ਵਿਆਖਿਆ ਕਰ ਰਹੇ ਹਨ। ਮਹਾਭਿਆਨ ਉਦਿਆਨ ਨਗਰ ਕਰ ਮਾਨਿਆ, ਮਹਾਰਾਜ ਜੀ ਕਹਿੰਦੇ ਨੇ ਕਿ ਇਸ ਜੀਵ ਦਾ ਦੁਖਾਂਤ ਵੇਖੋ, ਇਹਦੀ ਟ੍ਰੈਜਡੀ ਵੇਖੋ। ਮਹਾਭਿਆਨ ਬਹੁਤ ਹੀ ਭਿਆਨਕ ਡ੍ਰੈਡਫੁਲ ਉਦਿਆਨ ਜੰਗਲ, ਬੜੇ ਹੀ ਭਿਆਨਕ ਜੰਗਲ ਨੂੰ ਨਗਰ ਕਰ ਮਾਨਿਆ, ਉਹਨੂੰ ਸ਼ਹਿਰ ਸਮਝ ਬੈਠਾ ਹੈ, ਐਸਾ ਮਾਇਆ ਦੇ ਜੰਗਲ 'ਚ ਫਸਿਆ ਹੈ, ਉਹਨੂੰ ਹੀ ਸਭ ਕੁਛ ਸਮਝ ਬੈਠਾ ਹੈ। ਮਹਾਰਾਜ ਜੀ ਕਹਿੰਦੇ ਨੇ ਕਿ ਇਹ ਇਸ ਜੀਵ ਦਾ ਦੁਖਾਂਤ ਹੈ। ਝੂਠ ਸਮੱਗਰੀ ਪੇਖ, ਜਿਤਨੇ ਵੀ ਮਾਇਆ ਦੇ ਪਦਾਰਥ ਹਨ, ਮਹਾਰਾਜ ਜੀ ਕਹਿੰਦੇ ਕਿ ਝੂਠੀ ਸਮੱਗਰੀ ਹੈ, ਪੇਖ ਇਹਨੂੰ ਵੇਖ ਕੇ ਸੱਚ ਕਰ ਜਾਣਦੇ ਹਾਂ, ਅਸਲੀ ਸੱਚ ਨਾਲੋਂ ਟੁੱਟ ਗਿਆ ਹੈ ਤੇ ਇਹਨੂੰ ਹੀ ਸੱਚ ਸਮਝ ਕੇ ਇਹਦੇ ਵਿੱਚ ਗੁਆਚਿਆ ਹੋਇਆ। ਹਾਲਤ ਇਸ ਦੀ ਕੀ ਹੋ ਗਈ ਹੈ, ਅਗਲੀ ਪੰਕਤੀ ਵਿੱਚ ਉਪਦੇਸ਼ ਕਰ ਰਹੇ ਹਨ। ਕਾਮ ਕ੍ਰੋਧ ਅਹੰਕਾਰ ਫਿਰੇ ਦੀਵਾਨਿਆ, ਵਾਹਿਗੁਰੂ ਨੂੰ ਭੁੱਲ ਗਿਆ ਹੈ, ਕਾਹਦੇ ਵਿੱਚ ਫਸ ਗਿਆ ਹੈ,
ਕਾਂ ਦੇ ਵਿੱਚ ਫਸ ਗਿਆ, ਕ੍ਰੋਧ ਦੇ ਵਿੱਚ ਫਸ ਗਿਆ ਹੈ, ਹਉਮੈ ਦੇ ਵਿੱਚ ਹੰਕਾਰ ਵਿੱਚ ਫਸ ਗਿਆ, ਇੰਨਾ ਫਸ ਗਿਆ ਹੈ ਕਿ ਮਹਾਰਾਜ ਜੀ ਕਹਿੰਦੇ ਨੇ ਫਿਰੇ ਦੇਵਾਨਿਆ, ਇਹਨਾਂ ਚੀਜ਼ਾਂ ਵਿੱਚ ਮਸਤ ਹੋ ਗਿਆ ਹੈ, ਹੋਰ ਕੋਈ ਚੀਜ਼ ਸੁਣਦਾ ਹੀ ਨਹੀਂ, ਵਾਹਿਗੁਰੂ ਦੇ ਨਾਮ ਵੱਲ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਨੇ ਕਿ ਇਹਨੂੰ ਕਦੋਂ ਅਕਲ ਆਏਗੀ, ਕਦੋਂ ਸਮਝ ਆਏਗੀ, ਅਗਲੀ ਪੰਕਤੀ ਵਿੱਚ ਦੱਸ ਰਹੇ ਹਨ। ਸਿਰ ਲਗਾ ਜਮ ਟੰਡ, ਜਦੋਂ ਸਿਰ ਵਿੱਚ ਮੌਤ ਦੇ ਫਰਿਸ਼ਤੇ ਦਾ ਡੰਡਾ ਵੱਜੇਗਾ, ਮਤਲਬ ਜਦੋਂ ਮੌਤ ਆਏਗੀ ਫਿਰ ਮਨੁੱਖ ਘਬਰਾਏਗਾ ਕਿ ਮੈਂ ਤੇ ਸਾਰਾ ਜੀਵਨ ਐਵੇਂ ਹੀ ਉਜਾੜ ਲਿਆ, ਵਾਹਿਗੁਰੂ ਦੇ ਨਾਮ ਨਾਲ ਟੁੱਟਿਆ। ਸਿਰ ਲਗਾ ਜਮ ਟੰਡ ਤਾਂ ਪਛਤਾਨਿਆ, ਫਿਰ ਪਛਤਾਵਾ ਹੋਏਗਾ, ਪਰ ਉਹ ਸਮਾਂ ਜੋ ਜ਼ਿੰਦਗੀ ਦਾ ਹੈ ਐਵੇਂ ਹੀ ਮਿੱਟੀ ਵਿੱਚ ਰੋਲ ਬੈਠਾ ਹੋਵੇਗਾ, ਕੋਈ ਬਣੇਗਾ। ਇਸ ਕਰਕੇ ਮਹਾਰਾਜ ਜੀ ਸਾਨੂੰ ਅੰਤਲੀ ਪੰਕਤੀ ਵਿੱਚ ਪੌੜੀ ਦੀ ਜੋ ਆਖਰੀ ਪੰਕਤੀ ਹੈ ਉਹਦੇ ਵਿੱਚ ਉਪਦੇਸ਼ ਕਰ ਰਹੇ ਹਨ। ਬਿਨ ਪੂਰੇ ਗੁਰਦੇਵ ਫਿਰੇ ਸੈਤਾਨਿਆ, ਇਹ ਸ਼ੈਤਾਨ ਦੀ ਤਰ੍ਹਾਂ ਜੀਵਨ ਜੀ ਰਿਹਾ ਹੈ। ਸ਼ੈਤਾਨ ਦੀ ਜ਼ਿੰਦਗੀ ਕਿਉਂ ਜੀ ਰਿਹਾ ਹੈ? ਮਹਾਰਾਜ ਜੀ ਕਹਿੰਦੇ ਨੇ ਕਿ ਇਹਦੇ ਕੋਲ ਪੂਰਾ ਗੁਰੂ ਨੇ, ਬਿਨ ਪੂਰੇ ਗੁਰਦੇਵ। ਜੇ ਇਹਨੂੰ ਸੱਚਾ ਗੁਰੂ ਮਿਲ ਜਾਏ, ਰਾਹ ਵਿਖਾਉਣ ਵਾਲਾ ਮਿਲ ਜਾਏ, ਜੇ ਇਹਨੂੰ ਗੁਰੂ ਨਾਨਕ ਮਿਲ ਜਾਏ, ਜੇ ਇਹਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉਪਦੇਸ਼ ਮਿਲ ਜਾਣ, ਫਿਰ ਇਹਦਾ ਸ਼ੈਤਾਨੀਅਤ ਦਾ ਜੀਵਨ ਜਿਹੜਾ ਹੈ ਉਹ ਖਤਮ ਹੋ ਜਾਏ। ਇਹ ਵਾਹਿਗੁਰੂ ਨੂੰ ਯਾਦ ਕਰੇ, ਉਹਦਾ ਨਾਮ ਜਪੇ, ਉਹਦਾ ਸਿਮਰਨ ਕਰੇ, ਤਾਂ ਕਿ ਇਸ ਦੀ ਜ਼ਿੰਦਗੀ ਜਿਹੜੀ ਹੈ ਵਸਦੀ ਹੋ ਜਾਏ, ਕਿਤੇ ਐਵੇਂ ਉਜੜੀ ਹੀ ਨਾ ਰਹੇ। ਸਤਸੰਗਤ, ਅਸੀਂ ਵੀ ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰੀਏ, ਬੇਨਤੀ ਕਰੀਏ ਕਿ ਮਹਾਰਾਜ ਸਾਡੇ 'ਤੇ ਵੀ ਬਖਸ਼ਿਸ਼ ਕਰੋ, ਸਾਨੂੰ ਜੀਵਨ ਦੇ ਅਸ ਸਮਝਾਓ, ਅਸੀਂ ਮਾਇਆ ਦੇ ਰੰਗਾਂ ਨੂੰ ਤਿਆਗ ਕੇ ਤੁਹਾਨੂੰ ਯਾਦ ਕਰੀਏ, ਤੁਹਾਡੇ ਨਾਮ ਅਤੇ ਸਿਮਰਨ ਨਾਲ ਜੁੜੀਏ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਇਹਨਾਂ ਚੀਜ਼ਾਂ ਨੂੰ ਸਮਝਾਵੇ ਅਤੇ ਸਾਨੂੰ ਨਾਮ ਅਤੇ ਸਿਮਰਨ ਦੀ ਉੱਚੀ ਅਵਸਥਾ ਪ੍ਰਾਪਤ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ 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 ਜੀ, ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ, ਜਪੋ ਸਤਿਨਾਮ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।